ਸਾਰੇ ਮਿਸਤਰੀ ਅਤੇ ਮਜ਼ਦੂਰ ਵੀਰਾਂ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਬਲਕਾਰ ਰਾਮਗੜੀ ਹਾਂ। ਸਾਥੀਓ, ਕੁਛ ਲੋਕ ਮੈਨੂੰ ਬਦਨਾਮ ਕਰਨ ਵਾਸਤੇ ਕਹਿ ਰਹੇ ਨੇ ਕਿ ਬਲਕਾਰ ਰਾਜਨੀਤੀ ਕਰ ਰਿਹਾ ਅਤੇ ਮੇਰੇ 'ਤੇ ਇਲਜ਼ਾਮ ਲਾ ਰਹੇ ਨੇ ਰਾਜਨੀਤੀ ਦੇ। ਰਾਜਨੀਤੀ ਹਰੇਕ ਬੰਦਾ ਕਰਦਾ। ਜਿਹੜਾ ਬੰਦਾ ਵੋਟ ਪਾਉਂਦਾ ਉਹ ਕਿਸੇ ਨਾ ਕਿਸੇ ਪਾਰਟੀ ਨਾਲ ਜੁੜਿਆ ਹੁੰਦਾ ਅਤੇ ਜਿਹੜਾ ਬੰਦਾ ਕਿਸੇ ਨਾ ਕਿਸੇ ਪਾਰਟੀ ਨਾਲ ਜੁੜਿਆ, ਕਿਸੇ ਪਾਰਟੀ ਨੂੰ ਆਪਣੀ ਮਰਜ਼ੀ ਨਾਲ ਵੋਟ ਪਾਉਂਦਾ ਉਹ ਹਰੇਕ ਰਾਜਨੀਤੀ ਨਾਲ ਜੁੜਿਆ ਹੋਇਆ। ਪਰ ਪਿਛਲੇ 5-7 ਦਿਨਾਂ ਤੋਂ ਇੰਨੀ ਭੱਜ ਦੌੜ ਕੀਤੀ ਹੈ, ਮਜ਼ਦੂਰਾਂ ਲਈ ਮਜ਼ਦੂਰਾਂ ਦੇ ਮੁੱਦੇ ਚੁੱਕੇ ਨੇ ਅਤੇ ਮੈਂ ਤੁਹਾਨੂੰ ਆਪਣੇ ਪੈਰਾਂ ਦੇ ਹਾਲ ਦਿਖਾਉਣਾ ਹੈ। ਮੇਰੇ ਪੈਰਾਂ ਦੇ ਹਾਲ ਦੇਖੋ ਤੁਸੀਂ, ਤੁਸੀਂ ਕਹਿ ਦਿਓ ਵੀ ਇਹ ਰਾਜਨੀਤੀ ਹੈ, ਐਵੇਂ ਦੀ ਰਾਜਨੀਤੀ ਕੋਈ ਕਿਸੇ ਲੀਡਰ ਨੇ ਅੱਜ ਤੱਕ ਕੀਤੀ? ਦੱਸੋ, ਆਹ ਦੇਖ ਲਓ ਤੁਹਾਡੇ ਸਾਹਮਣੇ ਹੈ ਵੀ ਮੇਰੇ ਪੈਰਾਂ ਦੇ ਕੀ ਹਾਲ ਹੋਏ ਪਏ ਨੇ। ਇਹ ਆਹ ਦੇਖ ਲਓ ਕੀ ਕਿਵੇਂ ਉੱਛੇ ਪਏ ਨੇ ਮੇਰੇ ਪੈਰ, ਉਂਗਲਾਂ ਦੇਖੋ ਲੱਗੀਆਂ ਪਈਆਂ ਲਾਗੇ ਪੈਦਲ ਚੱਲ ਚੱਲ ਕੇ। ਅਤੇ ਆਹ ਬਾਕੀ ਦੇਖ ਲਓ ਤੁਸੀਂ, ਆਹ ਦੇਖ ਲਓ ਤੁਸੀਂ, ਆਹ ਚੰਗੀ ਤਰ੍ਹਾਂ ਦੇਖ ਲਓ। ਜਿਹੜੇ ਕਹਿੰਦੇ ਬਲਕਾਰ ਰਾਜਨੀਤੀ ਕਰਦਾ ਗਾ, ਉਹਨਾਂ ਦੇ ਮੂੰਹ 'ਤੇ ਇਹ ਕਰਾਰੀ ਚਪੇੜ ਹੈਗੀ ਅਤੇ ਇਹਨਾਂ ਨੂੰ ਕਹੋ ਵੀ ਤੁਸੀਂ ਵੀ ਆਪਣੇ ਪੈਰ ਦਿਖਾਓ ਤਾਂ ਕਿ ਪਤਾ ਲੱਗੇ ਰਾਜਨੀਤੀ ਤੁਸੀਂ ਕਿਵੇਂ ਦੀ ਕਰਦੇ ਹੋ ਅਤੇ ਬਲਕਾਰ ਰਾਮਗੜੀ ਰਾਜਨੀਤੀ ਕਿਵੇਂ ਦੀ ਕਰਦਾ ਹੈ। ਇਹਨਾਂ ਕੜੰਮ ਚੌਧਰੀਆਂ ਨੂੰ ਸਵਾਲ ਜ਼ਰੂਰ ਕਰਿਓ। ਆਮ ਲੋਕਾਂ ਨੂੰ ਮੇਰੀ ਬੇਨਤੀ ਹੈ, ਆਹ ਦੇਖ ਲਓ ਤੁਸੀਂ ਅੱਗੇ ਪਾਟੇ ਪਏ ਇੱਥੋਂ। ਇਹ ਮੈਂ ਜ਼ੂਮ ਕਰਕੇ ਕੋਸ਼ਿਸ਼ ਕਰੂੰ ਦਿਖਾਉਣ ਦੀ ਕਿਵੇਂ ਪਾਟੇ ਪਏ ਹੈ। ਆਹ ਦੇਖ ਲਓ ਕਿਵੇਂ ਕੀ ਹਾਲ ਹੈ ਮੇਰੇ ਪੈਰਾਂ ਦਾ, ਤੁਸੀਂ ਦੇਖ ਸਕਦੇ ਹੋ। ਅਤੇ ਦੂਜਾ ਪੈਰ ਵੀ ਤੁਹਾਨੂੰ ਦਿਖਾਉਣ ਲੱਗਿਆ ਮੈਂ। ਆਹ ਦੇਖ ਲਓ ਕਿਵੇਂ ਚਮੜੀ ਲੱਥ ਰਹੀ ਹੈ ਅਤੇ ਕਿਵੇਂ ਮੇਰੀਆਂ ਉਂਗਲਾਂ ਦੇ ਲਾਗੇ ਲੱਗੇ ਹੋਏ ਨੇ। ਆਹ ਦੇਖੋ ਆਹ ਉਂਗਲ ਘਸੀ ਪਈ ਹੈ, ਲਾਲ ਹੋਈ ਪਈ ਹੈ, ਇੱਧਰ ਵੀ ਘਸੀ ਪਈ ਹੈ। ਆਹ ਦੇਖੋ ਕਿੰਨੀ ਲਾਲ ਹੋਈ ਪਈ ਹੈ। ਇਹ ਚੱਲ ਚੱਲ ਕੇ ਪੈਦਲ ਮੁਹੱਲਿਆਂ 'ਚ ਕਹਿ ਕੇ ਮਜ਼ਦੂਰਾਂ ਨੂੰ, ਲੋਕਾਂ ਨੂੰ ਜਾਗਰੂਕ ਕਰਨ ਦੇ ਪੈਦਲ ਚੱਲ ਚੱਲ ਕੇ। ਅਤੇ ਬਾਕੀ ਆਹ ਦੇਖ ਲਓ ਇਹ ਕਿਉਂ ਹੋਇਆ ਹਾਲ ਮੇਰਾ। ਇਹ ਮੁਹੱਲਿਆਂ ਦੇ ਵਿੱਚ ਪੈਦਲ ਚੱਲ ਚੱਲ ਕੇ ਹੋਇਆ, ਲੋਕਾਂ ਨੂੰ ਕਹਿਣ ਵਾਸਤੇ ਹੋਇਆ। ਹੁਣ ਬਲਕਾਰ ਨੇ ਕਿਸੇ ਨੂੰ ਚੱਕ ਕੇ ਥੋੜ੍ਹੀ ਗੱਡੀ 'ਚ ਬਿਠਾਉਣਾ, ਕੋਈ ਆਉਂਦਾ ਨਹੀਂ ਆਉਂਦਾ ਉਹਨਾਂ ਦੀ ਮਰਜ਼ੀ ਹੈ, ਆਊਗਾ ਠੀਕ ਹੈ, ਨਹੀਂ ਆਊਗਾ ਤਾਂ ਠੀਕ ਹੈ। ਪਰ ਘੱਟ ਤੋਂ ਘੱਟ ਯਾਰ ਤੁਸੀਂ ਬੰਦੇ ਦੀ ਮਿਹਨਤ ਤਾਂ ਦੇਖ ਲਓ, ਹਰੇਕ ਨੂੰ ਟਿੱਪਣੀ ਕਰਨ ਬਹਿ ਜਾਂਦੇ ਹੋ। ਆਹ ਦੇਖ ਲਓ ਮੇਰੇ ਪੈਰਾਂ ਦਾ ਕੀ ਹਾਲ ਹੈ। ਅਤੇ ਜਿਹੜੇ ਕੜੰਮ ਚੌਧਰੀ ਮੇਰੇ 'ਤੇ ਟਿੱਪਣੀਆਂ ਕਰਦੇ ਹੈ ਉਹਨਾਂ ਨੂੰ ਕਹਿ ਆਪਣੇ ਪੈਰ ਦਿਖਾਉਣ, ਜੇ ਹਿੰਮਤ ਤਾਂ ਜੇ ਉਹਨਾਂ ਆਪਣੇ ਪਿਓ ਦੀ, ਮੈਂ ਹੁਣ ਗੱਲ ਉਹ ਗੱਲ ਕਹਿਣ ਲੱਗਿਆ ਜਿਹੜੀ ਮੈਨੂੰ ਨਹੀਂ ਕਹਿਣੀ ਚਾਹੀਦੀ, ਆਪਣੇ ਪਿਓ ਦੀ ਅਸਲੀ ਔਲਾਦ ਹੈ ਨਾ ਅਤੇ ਆਪਣੇ ਪੈਰ ਦਿਖਾਉਣ, ਆਪਣੇ ਹੱਥ ਦਿਖਾਉਣ ਵੀ ਅਸੀਂ ਕੀ ਕਰਦੇ ਪਏ ਲੋਕਾਂ ਲਈ। ਜਿਹੜਾ ਬੰਦਾ ਕਰ ਰਿਹਾ ਤੁਸੀਂ ਉਹਨੂੰ ਹਰੇਕ ਗੱਲ 'ਤੇ ਮਜ਼ਾਕ, ਆਹ ਉਂਗਲਾਂ ਘਸੀਆਂ ਪਈਆਂ ਨੇ ਵੇਖ ਲਓ। ਇਹ ਮੈਂ ਹੋਰ ਕੋਸ਼ਿਸ਼ ਕਰਦਾ, ਅਲਾਲ ਹੋਈਆਂ ਪਈਆਂ ਨੇ ਕੱਸ ਕੱਸ ਕੇ, ਇਹ ਪੈਦਲ ਤੁਰਨਾ ਹੋਈਆਂ ਨੇ ਮੁਹੱਲਿਆਂ ਦੇ ਵਿੱਚ ਗਲੀਆਂ ਦੇ ਵਿੱਚ ਪੈਦਲ ਤੁਰ ਕੇ ਲੋਕਾਂ ਨੂੰ ਕਿਹਾ। ਹੁਣ ਲੋਕ ਨਹੀਂ ਤੁਰਦੇ ਬਈ, ਨਹੀਂ ਨਿਕਲਦੇ ਤਾਂ ਹੁਣ ਅਸੀਂ ਕੋਈ ਠੇਕਾ ਥੋੜ੍ਹੀ ਲਿਆ ਕਿਸੇ ਨੂੰ ਚੱਕ ਕੇ ਲਿਜਾਣ ਦਾ। ਆਹ ਦੇਖ ਲਓ ਚੰਗੀ ਤਰ੍ਹਾਂ ਦੇਖ ਲਓ ਆਹ ਪੈਰਾਂ ਦਾ ਹਾਲ, ਆਹ ਦੇਖ ਲਓ ਮੇਰੇ ਪੈਰਾਂ ਦਾ ਹਾਲ। ਧੰਨਵਾਦ ਹੈ। ਬਾਕੀ ਜਿਹੜੀਆਂ 7 ਨੰਬਰ ਵਾਰਡ 'ਚੋਂ, 8 ਨੰਬਰ ਵਾਰਡ 'ਚੋਂ ਜਾਂ ਰਾਣੀਆਂ ਦੇ ਕਿਸੇ ਵੀ ਕੋਨੇ 'ਚੋਂ ਭੈਣਾਂ ਦੇ ਵੀਰ ਪਹੁੰਚੇ ਹੈ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਇਹ ਸੰਘਰਸ਼ ਹੈ ਬਾਈ, ਆਪਾਂ ਨੂੰ ਲੜਨਾ ਪੈਣਾ ਹੈਗਾ ਅਤੇ ਕਿਸੇ ਦੇ ਬਹਿਕਾਵੇ 'ਚ ਨਾ ਆਓ, ਕਿਸੇ ਦੀ ਗੱਲਾਂ 'ਚ ਨਾ ਆਓ। ਸਾਰੇ ਜਿੰਨੇ ਵੀ ਪਹੁੰਚੇ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ।